ਆਹ ਸੁਨੇਮੇ ਦੇ ਵਿੱਚ ਪਾਪੜ ਵੀ ਵੇਚੇ ਹੈਗੇ ਆ ਅੱਛਾ ਜੀ 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 ਜਿਹੜਾ ਕੰਮ ਮਿਲਿਆ ਕੀਤਾ ਜੀ ਜੀ ਪੱਲੇਦਾਰੀ ਵੀ ਕੀਤੀ ਜੀ ਮਜ਼ਦੂਰੀ ਵੀ ਕੀਤੀ ਜੀ 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 ਸਭ ਕੁਝ ਕੀਤਾ ਉਸ ਨਾਲ ਹੋਇਆ ਕਿ ਕਿ ਇੱਕ ਹਿੰਮਤ ਪੈਦਾ ਹੋਈ ਬਿਲਕੁਲ ਬਿਲਕੁਲ ਜੇਕਰ ਤੁਸੀਂ ਮੁਸੀਬਤ ਵੇਲੇ ਜਾਂ ਮੁਸ਼ਕਲ ਵੇਲੇ ਵੇਲੇ ਬਹਿ ਜਾਓਗੇ ਨਾ ਜੀ ਸਰ ਤਾਂ ਤੁਸੀਂ ਟੈਂਡੀ ਕਲਾਸ 'ਚ ਜਾਓਗੇ ਜੀ ਲੇਕਰ ਕੁਝ ਕਰਦੇ ਰਹੋਗੇ ਤਾਂ ਉਸ ਨਾਲ ਤੁਸੀਂ ਟੈਂਡੀ ਕਲਾ ਵਿੱਚ ਨਹੀਂ ਜਾਓਗੇ ਤੋਸੇ ਕੋਈ ਨਾ ਕੋਈ ਹੱਲ ਲੱਭ ਲਓਗੇ ਉਹ ਕੋਈ ਨਾ ਕੋਈ ਹੱਲ ਲੱਭਣ ਦੇ ਨਾਲ ਕੀ ਹੁੰਦਾ ਹੈਗਾ ਕੰਮ ਜਿਹੜਾ ਨਾ ਉਹ ਮਿਲ ਜਾਂਦਾ ਹੈਗਾ ਮੈਂ ਇੱਕ ਵਾਰੇ ਮੇਰੀ ਮਾਂ ਨੇ ਘਰ ਦੇ ਨੇੜੇ ਆਟਾ ਚੱਕੀ ਸੀਗੀ ਉਥੇ ਕਣਕ ਦਿੱਤੀ ਵੀ ਇਹਨੂੰ ਪਿਸਵਾ ਕੇ ਲਿਆ ਮੈਂ ਉਥੇ ਗਿਆ ਤੇ ਬੜੇ ਗਰੀਬੀ ਦੇ ਦਿਨ ਸੀਗੇ ਪੈਸਾ ਹੁੰਦਾ ਹੀ ਨਹੀਂ ਸੀ ਉਥੇ ਇੱਕ ਨੇ ਆਟਾ ਪਿਸਵਾਇਆ ਹੋਇਆ ਸੀ ਤੇ ਉਹ ਮਜ਼ਦੂਰ ਨੂੰ ਉਡੀਕ ਰਿਹਾ ਸੀ ਜਿਹੜਾ ਉਸ ਦੇ ਘਰ ਉਹ ਆਟਾ ਜਿਹੜਾ ਨਾ ਛੱਡਿਆ ਛੱਡ ਗਿਆ ਤੇ ਮੇਰੀ ਅਜੇ ਵਾਰੀ ਨੂੰ ਟਾਈਮ ਸੀ ਤੇ ਮੈਂ ਉਸ ਨੂੰ ਕਿਹਾ ਸੀ ਮੈਂ ਛੱਡਿਆ ਉਹਨਾ ਅੱਛਾ ਜੀ ਉਹਨੇ ਕਿਹਾ ਮੈਂ ਆਪਣੇ ਸਿਰ ਤੇ ਚੁੱਕ ਕੇ ਨੇੜੇ ਹੀ ਘਰ ਸੀਗਾ ਉਹਦਾ ਡੇਢ ਘਰ ਲਾਂਗ ਤੇ ਮੈਂ ਉਹਦੇ ਘਰ ਛੱਡਿਆ ਉਹਨੇ ਮੈਨੂੰ ਕੁਝ ਪੈਸੇ ਦਿੱਤੇ ਜੀ ਹੁਣ ਪੈਸੇ ਤਾਂ ਥੋੜੇ ਜਿਹੇ ਸੀ ਠੀਕ ਹੈ ਤਾਂ ਉਸ ਵੇਲੇ ਉਹ ਚੌਕ ਦੇ ਵਿੱਚ ਇੱਕ ਬੰਦਾ ਛੋਲੇ ਵੇਚਦਾ ਹੁੰਦਾ ਸੀਗਾ ਜੀ ਤੇ ਪੈਸੇ ਨਹੀਂ ਸੀ ਹੁੰਦੇ ਸਾਡੇ ਕੋਲ ਜੀ ਉਹ ਸਰ ਮੈਂ ਕਈ ਵਾਰੀ ਉਥੋਂ ਜਦੋਂ ਲੰਘਦਾ ਸੀ ਨਾ ਮੇਰੇ ਮਨ ਚ ਆਉਂਦਾ ਸੀ ਕਿ ਮੈਂ ਇੱਕ ਦਿਨ ਛੋਲੇ ਖਾਵਾਂਗਾ ਖਾਵਾਂਗਾ ਉਹ ਜਿਹੜੇ ਉਹਨੇ ਪੈਸੇ ਦਿੱਤੇ ਨਾ ਉਸ ਨਾਲ ਮੈਂ ਉਹ ਛੋਲੇ ਖਾਣ ਵਾਲੀ ਆਪਣੀ ਇੱਛਾ ਜਿਹੜੀ ਸੀਗੀ ਉਹ ਪੂਰੀ ਕੀਤੀ ਕਹਿਣ ਤੋਂ ਪਾਵੇਗਾ ਕਿ ਉਹ ਜਿਹੜੀ ਸੀ ਨਾ ਕੰਮ ਕੀਤਾ ਪੈਸੇ ਮਿਲੇ ਉਸ ਨਾਲ ਇੱਕ ਇੱਛਾ ਪੈਦਾ ਇੱਛਾ ਜਿਹੜੀ ਸੀ ਖਾਂਤ ਹੋਈ ਪੂਰੀ ਹੋਈ ਸੋ ਇਸ ਤਰ੍ਹਾਂ ਜੇਕਰ ਤੁਸੀਂ ਕੁਝ ਨਾ ਕੁਝ ਕਰਦੇ ਰਹੋ ਨਾ ਤੇ ਉਸ ਦੇ ਨਾਲ ਤੁਸੀਂ ਟੈਂਡੀ ਕਲਾ ਵਿੱਚ ਨਹੀਂ ਜਾਉਂਗੇ ਮੈਂ ਇਹ ਫਾਰਮੂਲਾ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਵਰਤਿਆਇਆ ਹੈਗਾ ਕੁਝ ਨਾ ਕੁਝ ਕਰਦੇ ਰਹੋ ਜੇਕਰ ਕੋਈ ਵਿਸ਼ੇ ਤੇ ਗੱਲਬਾਤ ਕਰਾਂਗੇ ਇਹ ਵਿਸ਼ਾ ਵੀ ਹਰ ਕਿਸੇ ਦੀ ਜ਼ਿੰਦਗੀ ਦੇ ਨਾਲ ਨੇੜਿਓਂ ਸੰਬੰਧਤ ਹੁੰਦਾ ਹੈ ਅਤੇ ਇਸ ਵਿੱਚ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਵਿਚਾਰਾਂਗੇ ਜਿਨ੍ਹਾਂ ਦੇ ਆਧਾਰ ਉਤੇ ਅਸੀਂ ਯੋਗ ਫੈਸਲੇ ਕਰ ਸਕਦੇ ਹਾਂ ਤੇ ਆਪਣੀਆਂ ਉਸ ਮੁਸੀਹਾਵਾਂ ਹਾਲਾਤਾਂ ਦਾ ਦੋਸਤੋ ਜਿਵੇਂ ਤੁਸੀਂ ਸਾਡੀਆਂ ਪਹਿਲਾਂ ਵਾਲੀਆਂ ਵੀਡੀਓ ਵੇਖੀਆਂ ਨੇ ਤੇ ਅਸੀਂ ਬਹੁਤ ਸਾਰੀਆਂ ਇੱਕ ਨਵੇਂ ਤੋਂ ਨਮਾ ਵਿਸ਼ਾ ਲੈ ਕੇ ਆ ਰਹੇ ਹਾਂ ਅੱਜ ਅਸੀਂ ਜ਼ਿੰਦਗੀ ਦਾ ਉਹ ਵਿਸ਼ਾ ਲੈ ਕੇ ਆ ਰਹੇ ਹਾਂ ਜਿਹਨੂੰ ਅਸੀਂ ਡਿਪਰੈਸ਼ਨ ਕਹਿੰਦੇ ਆ ਅਸੀਂ ਕਿਸੇ ਬੰਦੇ ਦੀ ਸਕਸੈਸਫੁਲ ਜਾਂ ਕਾਮਯਾਬੀ ਦੀ ਜੋ ਲਾਈਫ ਆ ਜ਼ਿੰਦਗੀ ਆ ਉਹ ਦੇਖ ਲਨੇ ਆ ਪਰ ਜੋ ਉਹਦੇ ਪਿੱਛੇ ਸਟਰਗਲ ਹੁੰਦਾ ਸੰਘਰਸ਼ ਹੁੰਦਾ ਉਹ ਅਸੀਂ ਨਹੀਂ ਦੇਖਦੇ ਅੱਜ ਅਸੀਂ ਓਰਿਜਨਲ ਕਰਨੇ ਜਾ ਰਹੇ ਹਾਂ ਤੇ ਇਸਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਮਿਹਰਬਾਨੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਸਰ ਅਸੀਂ ਅਕਸਰ ਤੁਹਾਡੀ ਵੀਡੀਓ ਦੇਖਦੇ ਆ ਕਿ ਹਮੇਸ਼ਾ ਚੜਦੀ ਕਲਾ ਦੇ ਵਿੱਚ ਤੁਸੀਂ ਰਹਿੰਦੇ ਵੀ ਹੋ ਤੇ ਗੱਲ ਵੀ ਕਰਦੇ ਹੋ ਵੀ ਕਦੇ ਕੋਈ ਇਦਾਂ ਦੀ ਪਲ ਆਇਆ ਜੋ ਕਦੇ ਤੁਸੀਂ ਟੈਂ ਦੀ ਕਲਾ ਚ ਰਹੇ ਹੋ ਮੁਸੀਬਤਾਂ ਜਿਹੜੀਆਂ ਨਾ ਦੋ ਕਿਸਮ ਦੀਆਂ ਹੁੰਦੀਆਂ ਜੀ ਇੱਕ ਉਹ ਹੁੰਦੀਆਂ ਜਿਹੜੀਆਂ ਅਸੀਂ ਪੈਦਾ ਕਰਦੇ ਆ ਜੀ ਸਰ ਪੋਸ ਕਰ ਲਓ ਕਿ ਮੈਂ ਖਰਾਬ ਦਾਲ ਖਾ ਲਵਾਂਗਾ ਤਾਂ ਬਿਮਾਰ ਪਾਵਾਂਗਾ ਬਿਲਕੁਲ ਜੇ ਆ ਮੈਂ ਜੇ ਪੜ੍ਹਾਈ ਨਹੀਂ ਕਰਾਂਗਾ ਤਾਂ ਮੈਂ ਕੋਈ ਚੰਗੇ ਅਹੁਦੇ ਤੇ ਲੱਗਣ ਦੀ ਆਸ ਨਹੀਂ ਰੱਖ ਸਕਦਾ ਬਿਲਕੁਲ ਸੋ ਕੁਝ ਮੁਸੀਬਤਾਂ ਉਹ ਹੁੰਦੀਆਂ ਜਿਹੜੀਆਂ ਸਾਡੇ ਗਲ ਆ ਪੈਂਦੀਆਂ ਜੀ 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 ਮੈਂ ਜਦੋਂ ਛੋਟਾ ਸੀ ਤਾਂ ਉਸ ਵੇਲੇ ਦੇਸ਼ ਆਜ਼ਾਦ ਹੋਇਆ ਦੇਸ਼ ਵਾਸਤੇ ਤਾਂ ਇਹ ਵਰਦਾਮ ਸੀ ਪਰੰਤੂ ਪੰਜਾਬ ਦੇ ਲੋਕਾਂ ਵਾਸਤੇ ਇਹ ਸਰਾਪ ਸੀ ਪੰਜਾਬ ਵੰਡਿਆ ਗਿਆ ਲੋਕ ਉਜੜ ਗਏ ਅਸੀਂ ਪਾਕਿਸਤਾਨ ਤੋਂ ਹਿੰਦੁਸਤਾਨ ਆਏ ਤੇ ਬਹੁਤ ਸਾਰੇ ਕੈਂਪਾਂ ਦੇ ਵਿੱਚ ਰਹਿੰਦੇ ਹੋਏ ਲੰਘਦੇ ਹੋਏ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਤਾਂ ਨਹੀਂ ਮੁਸ਼ਕਲ ਤੇ ਮੁਸੀਬਤ ਦੇ ਵਿੱਚ ਫਰਕ ਹੁੰਦਾ ਹੈਗਾ ਜੀ ਮੁਸ਼ਕਲ ਉਹ ਮੁਸੀਬਤ ਹੁੰਦੀ ਹੈ ਜਿਹੜੀ ਹਿੰਮਤ ਦੇ ਨਾਲ ਹੱਲ ਕੀਤੀ ਜਾ ਸਕਦੀ ਹੈ ਜੀ ਸਰ ਮੁਸੀਬਤ ਜਿਹੜੇ ਹੁੰਦੇ ਆ ਉਹ ਹੋਰਾਂ ਦੇ ਨਾਲ ਰਲ ਕੇ ਹੱਲ ਕਰਨੀ ਹੁੰਦੀ ਹੈ ਜੀ ਜੀ ਪਰਿਵਾਰ ਜਿਹੜਾ ਨਾ ਉਹ ਮੁਸੀਬਤ ਦਾ ਸਾਹਮਣਾ ਕਰਦਾ ਹੈ ਜੀ ਵਿਅਕਤੀ ਜਿਹੜਾ ਹੁੰਦਾ ਉਹ ਮੁਸ਼ਕਲ ਦਾ ਸਾਹਮਣਾ ਕਰਦਾ ਮਿਸਾਲ ਦੇ ਤੌਰ ਤੇ ਕਿਸੇ ਦੀ ਲੱਟ ਟੁੱਟ ਗਈ ਹੈ ਉਹ ਉਹਦੀ ਮੁਸ਼ਕਲ ਹੈਗੀ ਆ ਉਸ ਨੂੰ ਉਸ ਨੇ ਇਲਾਜ ਦੇ ਰਾਹੀਂ ਆਰਾਮ ਦੇ ਰਾਹੀਂ ਉਹ ਮਤਲਬ ਪ੍ਰੈਕਟਿਸ ਦੇ ਰਾਹੀਂ ਫਿਜ਼ੀਓਥੈਰੇਪੀ ਦੇ ਰਾਹੀਂ ਕਸਰਤ ਦੇ ਰਾਹੀਂ ਹੱਲ ਕਰਨਾ ਹੁੰਦਾ ਹੈਗਾ ਸੋ ਜਿਹੜੀ ਮੁਸੀਬਤ ਆ ਪੈਂਦੀ ਹੈਗੀ ਹੈ ਹਾਂਜੀ ਉਸ ਨੂੰ ਹੱਲ ਕਰਨ ਦਾ ਢੰਗ ਇਹ ਹੁੰਦਾ ਕਿ ਤੁਸੀਂ ਹੋਰਾਂ ਦੇ ਨਾਲ ਚੱਲੋ ਜੀ ਸਰ ਹੋਰਾਂ ਦੇ ਨਾਲ ਚੱਲੋ ਮੈਨੂੰ ਯਾਦ ਹੈ ਕਿ ਇੱਕ ਸਾਡਾ ਵਾਕਫ ਸੀ ਜੀ ਉਸ ਨੂੰ ਉਹਦੇ ਮਾਪੇ ਸਕੂਲ ਵਿੱਚ ਨਹੀਂ ਸੀ ਪਾਉਂਦੇ ਅੱਛਾ ਜੀ ਉਸ ਨੂੰ ਘਰ ਦੇ ਵਿੱਚ ਪੜਾਉਂਦੇ ਸੀਗੇ ਜੀ ਤੇ ਟੀਚਰ ਜਿਹੜੇ ਸੀ ਉਸ ਨੂੰ ਘਰ ਆ ਕੇ ਪੜਾਉਂਦੇ ਸੀਗੇ ਮੈਂ ਹੁਣ ਸੋਚਦਾ ਹੈਗਾ ਇਹ ਮਾਪਿਆਂ ਦੀ ਗਲਤੀ ਸੀ ਜੀ ਜੀ ਅਸੀਂ ਅੱਜ ਆਪਾਂ ਤਾਂ ਕੇਵਲ ਪੜਦੇ ਹੀ ਨਹੀਂ ਹੁੰਦੇ ਹਾਂ ਅਸੀਂ ਬਹੁਤੀ ਪੜ੍ਹਾਈ ਜਿਹੜੀ ਆ ਆਪਣੇ ਜਮਾਤੀਆਂ ਤੋਂ ਸਿੱਖਦੇ ਆ ਬਹੁਤਾ ਕੁਝ ਉਹਨਾਂ ਤੋਂ ਸਿੱਖਦੇ ਆ ਤੇ ਉਹਨਾਂ ਦੇ ਨਾਲ ਜਿਹੜਾ ਅਸੀਂ ਵਕਤ ਗੁਜ਼ਾਰਦੇ ਆ ਉਸ ਦੇ ਨਾਲ ਅਸੀਂ ਦੋ ਮੁਹਾਰਤਾਂ ਜਿਹੜੀਆਂ ਨਾ ਸਿੱਖਦੇ ਆ ਜ਼ਿੰਦਗੀ ਦੇ ਵਿੱਚ ਦੋ ਮੁੱਖ ਕੰਮ ਹੁੰਦੇ ਹਨ ਇੱਕ ਮੁਕਾਬਲਾ ਕਰਨਾ ਤੇ ਇੱਕ ਸਹਿਯੋਗ ਦੇਣਾ ਹੋਰਾਂ ਦੇ ਨਾਲ ਸਹਿਯੋਗ ਦੇ ਕੇ ਸਮੱਸਿਆ ਹੱਲ ਕਰਨਾ ਦੂਜਾ ਹੈ ਮੁਕਾਬਲਾ ਕਰਨਾ ਜਿਹੜੇ ਬੱਚੇ ਘਰਾਂ ਦੇ ਵਿੱਚ ਲੜਦੇ ਹਨ ਨਾ ਛੋਟੇ ਬੱਚੇ ਜੀ ਜੀ ਉਹਨਾਂ ਨੂੰ ਲੜਨ ਦੇਣਾ ਚਾਹੀਦਾ ਅੱਛਾ ਉਹਨਾਂ ਦਾ ਲੜਨਾ ਜਿਹੜਾ ਹੈ ਉਹਨਾਂ ਦੋਹਾਂ ਵਾਸਤੇ ਫਾਇਦੇਮੰਦ ਹੈ ਫਾਇਦੇਮੰਦ ਕਿਉਂਕਿ ਉਹ ਮੁਕਾਬਲਾ ਕਰਨਾ ਵੀ ਸਿੱਖ ਰਹੇ ਹੁੰਦੇ ਹਨ ਜੀ ਜੀ ਤੇ ਸਹਿਯੋਗ ਦੇਣਾ ਵੀ ਸਿੱਖ ਰਹੇ ਹੁੰਦੇ ਹਨ ਤੁਸੀਂ ਦੇਖੋਗੇ ਕਿ ਜਿਹੜਾ ਬੰਦਾ ਮੰਡੀ ਦੇ ਵਿੱਚ ਭੇਜਿਆ ਜਾਂਦਾ ਨਾ ਫਸਲ ਵੇਚਣ ਵਾਸਤੇ ਹਾਂਜੀ ਉਹ ਲੜਾਕਾ ਵੀ ਹੁੰਦਾ ਹੈ ਤੇ ਸ਼ਰਾਫਤ ਵੀ ਜਾਣਦਾ ਹੈ ਜੀ ਜੀ ਗਏ ਹੁੰਦੇ ਆ ਜਿਹੜੇ ਕੇਵਲ ਸ਼ਰਾਫਤ ਜਾਣਦੇ ਆ ਉਹ ਲੜ ਨਹੀਂ ਸਕਦੇ ਹੈਗੇ ਜੀ 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 ਉਹ ਉਹਦੇ ਵਿੱਚ ਦੋਨੋਂ ਮੁਹਾਰਤਾਂ ਹੈਗੀਆਂ ਮੁਕਾਬਲਾ ਕਰਨਾ ਜਾਂ ਸਹਿਯੋਗ ਦੇਣਾ ਸਹਿਯੋਗ ਦੇਣਾ ਹਾਂ ਤੇ ਦੂਜਾ ਹੈਗਾ ਸਹਿਯੋਗ ਦੇਣਾ ਮਤਲਬ ਉਸ ਨੂੰ ਚੰਗਾ ਵਿਹਾਰ ਕਰਨਾ ਵੀ ਆਉਂਦਾ ਤੇ ਲੋੜ ਪੈਣ ਤੇ ਉਸ ਨੂੰ ਲੜਨਾ ਵੀ ਆਉਂਦਾ ਹੈਗਾ ਲੜਨਾ ਆਪਣੇ ਹੱਕਾਂ ਵਾਸਤੇ ਹੁੰਦਾ ਅਤੇ ਸਹਿਯੋਗ ਦੇਣਾ ਜਿਹੜਾ ਹੁੰਦਾ ਉਹ ਸਮੱਸਿਆ ਨੂੰ ਹੱਲ ਕਰਨ ਵਾਸਤੇ ਹੁੰਦਾ ਉਸ ਹਾਲਤ ਦੇ ਵਿੱਚ ਕਿਉਂਕਿ ਇਹ ਘਟਨਾ ਜਿਹੜੀ ਸੀ ਨਾ ਲੱਖਾਂ ਲੋਕਾਂ ਨਾਲ ਵਾਪਰੀ ਸੀ ਜੀ ਬਿਲਕੁਲ ਸਹੀ ਤੇ ਇਸ ਕਰਕੇ ਦੁੱਖ ਵੰਡਿਆ ਜਾਂਦਾ ਜਦੋਂ ਕੋਈ ਬੰਦਾ ਮਰਦਾ ਹੈ ਨਾ ਉਸ ਦੇ ਮਰਨ ਤੇ ਬਹੁਤ ਸਾਰੇ ਲੋਕ ਅਫਸੋਸ ਕਰਨ ਆਉਂਦੇ ਆ ਉਹ ਅਫਸੋਸ ਕਰਨ ਵਾਲੇ ਜਿਹੜੇ ਦੁੱਖ ਵੰਡਣ ਆਉਂਦੇ ਆ ਉਹ ਦੁੱਖ ਵੰਡਿਆ ਜਾਂਦਾ ਇਸ ਕਰਕੇ ਪਰਿਵਾਰ ਦੇ ਵਿੱਚ ਉਸ ਦੁੱਖ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਪੈਦਾ ਹੋ ਜਾਂਦੀ ਹੈ ਉਹ ਉਹਨੂੰ ਇੱਕ ਵਿਸ਼ਵਾਸ ਦਿੱਤਾ ਜਾਂਦਾ ਕਿ ਤੂੰ ਇਕੱਲਾ ਨਹੀਂ ਹੈਗਾ ਅਸੀਂ ਤੇਰੇ ਨਾਲ ਹੈਗੇ ਹਾਂ ਸੋ ਇਸ ਤਰ੍ਹਾਂ ਦੁੱਖ ਵੰਡਿਆ ਗਿਆ ਉਸ ਵੇਲੇ ਜੋ ਕੰਮ ਮਿਲਿਆ ਕੀਤਾ ਜੀ ਜੀ ਜੋ ਕੰਮ ਮਿਲਿਆ ਕੀਤਾ ਜੀ ਉਸ ਵੇਲੇ ਕੰਮ ਹੈ ਹੀ ਬੜੇ ਸਾਧਾਰਨ ਜਿਹੇ ਸੀ ਬਿਲਕੁਲ ਬਿਲਕੁਲ ਮਤਲਬ ਮੈਂ ਸਿਨੇਮੇ ਦੇ ਵਿੱਚ ਪਾਪੜ ਵੀ ਵੇਚੇ ਹੈਗੇ ਆ ਅੱਛਾ ਜੀ 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 ਜਿਹੜਾ ਕੰਮ ਮਿਲਿਆ ਕੀਤਾ ਜੀ ਜੀ ਪੱਲੇਦਾਰੀ ਵੀ ਕੀਤੀ ਜੀ ਮਜ਼ਦੂਰੀ ਵੀ ਕੀਤੀ ਜੀ 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 ਸਭ ਕੁਝ ਕੀਤਾ ਉਸ ਨਾਲ ਹੋਇਆ ਕਿ ਕਿ ਇੱਕ ਹਿੰਮਤ ਪੈਦਾ ਹੋਈ ਬਿਲਕੁਲ ਬਿਲਕੁਲ ਜੇਕਰ ਤੁਸੀਂ ਮੁਸੀਬਤ ਵੇਲੇ ਜਾਂ ਮੁਸ਼ਕਲ ਵੇਲੇ ਵੇਲੇ ਬਹਿ ਜਾਓਗਾ ਨਾ ਜੀ ਸਰ ਤਾਂ ਤੁਸੀਂ ਟੈਂਦੀ ਕਲਾ ਵਿੱਚ ਜਾਓਗੇ ਜੀ ਲੇਕਰ ਕੁਝ ਕਰਦੇ ਰਹੋਗੇ ਤਾਂ ਉਸ ਨਾਲ ਤੁਸੀਂ ਟੈਂਦੀ ਕਲਾ ਵਿੱਚ ਨਹੀਂ ਜਾਓਗੇ ਤੁਸੀਂ ਕੋਈ ਨਾ ਕੋਈ ਹੱਲ ਲੱਭ ਲਓਗੇ ਉਹ ਕੋਈ ਨਾ ਕੋਈ ਹੱਲ ਲੱਭਣ ਦੇ ਨਾਲ ਕੀ ਹੁੰਦਾ ਹੈਗਾ ਕੰਮ ਜਿਹੜਾ ਨਾ ਉਹ ਮਿਲ ਜਾਂਦਾ ਹੈਗਾ ਮੈਂ ਇੱਕ ਵਾਰੇ ਮੇਰੀ ਮਾਂ ਨੇ ਘਰ ਦੇ ਨੇੜੇ ਆਟਾ ਚੱਕੀ ਸੀਗੀ ਉੱਥੇ ਕਣਕ ਦਿੱਤੀ ਵੀ ਇਹਨੂੰ ਪਿਸਵਾ ਕੇ ਲਿਆ ਜੀ ਮੈਂ ਉੱਥੇ ਗਿਆ ਤੇ ਬੜੇ ਗਰੀਬੀ ਦੇ ਦਿਨ ਸੀਗੇ ਪੈਸਾ ਹੁੰਦਾ ਹੀ ਨਹੀਂ ਸੀ ਜੀ ਉਥੇ ਇੱਕ ਨੇ ਆਟਾ ਪਿਸਵਾਇਆ ਹੋਇਆ ਸੀ ਤੇ ਉਹ ਮਜ਼ਦੂਰ ਨੂੰ ਉਡੀਕ ਰਿਹਾ ਸੀ ਜਿਹੜਾ ਉਸ ਦੇ ਘਰ ਉਹ ਆਟਾ ਜਿਹੜਾ ਨਾ ਛੱਡਿਆ ਛੱਡ ਗਿਆ ਜੀ ਤੇ ਮੇਰੀ ਅਜੇ ਵਾਰੀ ਨੂੰ ਟਾਈਮ ਸੀ ਤੇ ਮੈਂ ਉਸ ਨੂੰ ਕਿਹਾ ਸੀ ਮੈਂ ਛੱਡਿਆ ਉਹਨਾ ਅੱਛਾ ਜੀ ਉਹਨੇ ਕਿਹਾ ਮੈਂ ਆਪਣੇ ਸਿਰ ਤੇ ਚੁੱਕ ਕੇ ਨੇੜੇ ਹੀ ਘਰ ਸੀਗਾ ਉਹਦਾ ਡੇਢ ਘਰ ਲਾਂਗ ਤੇ ਮੈਂ ਉਹਦੇ ਘਰ ਛੱਡਿਆ ਆ ਉਹਨੇ ਮੈਨੂੰ ਕੁਝ ਪੈਸੇ ਦਿੱਤੇ ਜੀ ਹੁਣ ਪੈਸੇ ਤਾਂ ਥੋੜੇ ਜਿਹੇ ਸੀ ਠੀਕ ਹੈ ਤਾਂ ਉਸ ਵੇਲੇ ਉਹ ਚੌਕ ਦੇ ਵਿੱਚ ਇੱਕ ਬੰਦਾ ਛੋਲੇ ਵੇਚਦਾ ਹੁੰਦਾ ਸੀਗਾ ਜੀ ਤੇ ਪੈਸੇ ਨਹੀਂ ਸੀ ਹੁੰਦੇ ਸਾਡੇ ਕੋਲ ਜੀ ਉਸ ਵੇਲੇ ਮੈਂ ਕਈ ਵਾਰੀ ਉਥੋਂ ਜਦੋਂ ਲੰਘਦਾ ਸੀ ਨਾ ਮੇਰੇ ਮਨ 'ਚ ਆਉਂਦਾ ਸੀ ਕਿ ਮੈਂ ਇੱਕ ਦਿਨ ਛੋਲੇ ਖਾਵਾਂਗਾ ਖਾਵਾਂਗਾ ਉਹ ਜਿਹੜੇ ਉਹਨੇ ਪੈਸੇ ਦਿੱਤੇ ਨਾ ਉਸ ਨਾਲ ਮੈਂ ਉਹ ਛੋਲੇ ਖਾਣ ਵਾਲੀ ਆਪਣੀ ਇੱਛਾ ਜਿਹੜੀ ਸੀਗੀ ਉਹ ਪੂਰੀ ਕੀਤੀ ਕਹਿਣ ਤੋਂ ਪਾਵੇ ਹੈ ਕਿ ਉਹ ਜਿਹੜੀ ਸੀ ਨਾ ਕੰਮ ਕੀਤਾ ਪੈਸੇ ਮਿਲੇ ਉਸ ਨਾਲ ਇੱਕ ਇੱਛਾ ਪੈਦਾ ਇੱਛਾ ਜਿਹੜੀ ਸੀ ਸ਼ਾਂਤ ਹੋਈ ਪੂਰੀ ਹੋਈ ਸੋ ਇਸ ਤਰ੍ਹਾਂ ਜੇਕਰ ਤੁਸੀਂ ਕੁਝ ਨਾ ਕੁਝ ਕਰਦੇ ਰਹੋ ਨਾ ਤੇ ਉਸ ਦੇ ਨਾਲ ਤੁਸੀਂ ਟੈਂਡੀ ਕਲਾ ਵਿੱਚ ਨਹੀਂ ਜਾਓਗੇ ਮੈਂ ਇਹ ਫਾਰਮੂਲਾ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਵਰਤਿਆ ਹੈਗਾ ਕੁਝ ਨਾ ਕੁਝ ਕਰਦੇ ਰਹੋ ਜੇਕਰ ਕੋਈ ਹੋਰ ਕੰਮ ਨਹੀਂ ਹੈ ਕੋਈ ਇਮਤਿਹਾਨ ਦੇਣ ਲੱਗ ਜਾਓ ਪੜਾਈ ਕਰਨ ਲੱਗ ਜਾਓ ਬਿਲਕੁਲ ਸੋ ਜਦੋਂ ਤੁਸੀਂ ਕੁਝ ਕਰੋਗੇ ਤਾਂ ਤੁਸੀਂ ਲੋਕਾਂ ਦੇ ਸੰਪਰਕ ਵਿੱਚ ਆਉਂਗੇ ਲੋਕਾਂ ਦੇ ਸੰਪਰਕ ਵਿੱਚ ਆਉਣ ਦੇ ਨਾਲ ਤੁਸੀਂ ਉਹਨਾਂ ਦਾ ਵਿਹਾਰ ਸਮਝੋਗੇ ਉਹਨਾਂ ਦਾ ਵਿਹਾਰ ਸਮਝਣ ਦੇ ਨਾਲ ਤੁਸੀਂ ਜਿਹੜਾ ਹੈ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰੋਗੇ ਉਹ ਤੁਹਾਡੀਆਂ ਸਮੱਸਿਆਵਾਂ ਹੱਲ ਕਰਨਗੇ ਬਿਲਕੁਲ ਜੀ ਸੋ ਇਸ ਤਰ੍ਹਾਂ ਬਹੁਤ ਸਾਰੇ ਮਸਲੇ ਜਿਹੜੇ ਹਨ ਉਹ ਹੱਲ ਹੋ ਜਾਂਦੇ ਹਨ ਢੈਂਦੀ ਕਲਾ ਵਿੱਚ ਉਹ ਜਾਂਦੇ ਹਨ ਜਿਹੜੇ ਸੋਚਦੇ ਵਧੇਰੇ ਹਨ ਤੇ ਕਰਦੇ ਘੱਟ ਹਨ ਜ਼ਿੰਦਗੀ ਦੇ ਵਿੱਚ ਬੈਲੈਂਸ ਜ਼ਰੂਰ ਹੋਣਾ ਚਾਹੀਦਾ ਹੈਗਾ ਜੀ ਜੀ